ਇਸ ਵਾਰ ਕੀ ਕੁਛ ਖਾਸ ਜਿਹੜਾ ਵਾ ਤੁਹਾਡੇ ਵੱਲੋਂ ਰਹਿਣ ਵਾਲਾ ਹੈ, ਕਿਉਂਕਿ ਲਗਾਤਾਰ ਤੁਸੀਂ ਮਸਲਾ ਚੁੱਕਦੇ ਰਹੇ ਹੋ ਕਿ ਪਾਕਿਸਤਾਨ ਦੇ ਨਾਲ ਵਪਾਰ ਖੁੱਲ੍ਹੇ, ਬਾਰਡਰ ਖੁੱਲ੍ਹੇ ਚਾਹੀਦੇ ਨੇ, ਲਗਾਤਾਰ ਤੁਸੀਂ ਕਹਿੰਦੇ ਰਹੇ ਹੋ ਕਿ ਸਕੈਨਿੰਗ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ, ਇਸ ਵਾਰ ਕੀ ਕੁਛ ਖਾਸ ਤੁਹਾਡੇ ਵੱਲੋਂ ਰਹੇਗਾ? ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਗਿਆ। ਦੇਖੋ, ਮੁੱਦੇ ਤੇ ਉਹੀ ਨੇ ਜੋ ਪੁਰਾਣੇ ਨੇ, ਜਿਹੜੇ ਹਾਲਾਤ ਨੇ ਜਿਸ ਤਰ੍ਹਾਂ ਦੇ ਬਾਰਡਰ ਏਰੀਏ ਦੇ, ਉਹਨਾਂ ਤੇ ਵਰਕਆਊਟ ਕਰਾਂਗੇ। ਜਿਵੇਂ ਹੁਣ ਵਪਾਰ ਦੀ ਤੁਸੀਂ ਗੱਲ ਕਰ ਰਹੇ ਜੀ, ਬਿਲਕੁਲ ਅਸੀਂ ਤਾਂ ਚਾਹੁੰਦੇ ਹਾਂ ਕਿ ਭਾਗ ਜਿਹੜਾ ਵਾਹਗਾ ਤੇ ਰਾਹੀਂ ਵਪਾਰ ਖੁੱਲ੍ਹਣਾ ਚਾਹੀਦਾ। ਜਿਹੜੀ ਇਹਨਾਂ ਨੇ 200% ਜਿਹੜੀ ਡਿਊਟੀ ਲਾਈ, ਕਸਟਮ ਡਿਊਟੀ, ਉਹ ਨਹੀਂ ਹੋਣੀ ਚਾਹੀਦੀ। ਉਸ ਤੋਂ ਇਲਾਵਾ ਅਸੀਂ ਜਿੰਨੇ ਵੀ ਹੋਰ ਜਿਹੜੇ ਕੰਮ ਨੇ, ਜਿਵੇਂ ਪੁਰਾਤਨ ਇੰਡਸਟਰੀ, ਉਹਨੂੰ ਰਿਵਾਈਵ ਕਰਾਉਣਾ ਆ। ਫਿਰ ਸਾਡੇ ਨੈਸ਼ਨਲ ਹਾਈਵੇ ਦੇ ਕੰਮ ਜਿਹੜੇ ਪੈਂਡਿੰਗ ਪਏ ਨੇ, ਰੇਲਵੇ ਸਟੇਸ਼ਨ ਨਵਾਂ ਬਣਨਾ, ਉਹ ਪਿਆ ਹੈ, ਪੈਂਡਿੰਗ ਹੈ, ਔਰ ਏਅਰਪੋਰਟ ਦਾ ਵਿਸਤਾਰ ਹੋਣਾ ਆ। ਜਿਹੜੇ ਕਈ ਸਟੇਟ ਨਾਲ ਰਲ ਕੇ ਕੰਮ ਕਰਨ ਵਾਲੇ ਨੇ, ਜਿਵੇਂ ਤੁਸੀਂ ਪੋਲਿਊਸ਼ਨ ਦਾ ਮੁੱਦਾ ਹੈ, ਡੰਪ ਦਾ ਮੁੱਦਾ ਹੈ, ਉਹ ਸਟੇਟ ਸਬਜੈਕਟ ਹੈ, ਗੰਦੇ ਨਾਲੇ ਨੇ, ਇਹ ਸਟੇਟ ਸਬਜੈਕਟ ਨੇ, ਅਸੀਂ ਸਟੇਟ ਨਾਲ ਰਲ ਕੇ ਕੰਮ ਕਰਨੇ ਨੇ। ਲੇਕਿਨ ਪਾਕਿਸਤਾਨ ਦੀ ਜੋ ਹਾਲਤ ਹੈ, ਬੀਜੇਪੀ ਲੱਗਦਾ ਨਹੀਂ ਹੈ ਕਿ ਵਪਾਰ ਖੋਲ੍ਹਣ ਦੇ ਹੱਕ ਦੇ ਵਿੱਚ ਹੈ। ਹਾਲਾਂਕਿ ਲਗਾਤਾਰ ਓਪੋਜੀਸ਼ਨ ਦੇ ਕਈ ਸਾਰੇ ਮੈਂਬਰ ਪਾਰਲੀਮੈਂਟ ਆਵਾਜ਼ ਚੁੱਕ ਰਹੇ ਆ। ਤੁਹਾਨੂੰ ਕਿਉਂ ਲੱਗਦਾ ਕਿ ਵਪਾਰ ਖੁੱਲ੍ਹਣਾ ਚਾਹੀਦਾ, ਉਹ ਜਦੋਂ ਉਧਰਲੇ ਪਾਸੋਂ ਡਰੱਗਸ ਆਉਂਦਾ, ਉਸ ਪਾਸੋਂ ਹਥਿਆਰ ਆਉਂਦੇ ਨੇ, ਇਹ ਬੀਜੇਪੀ ਕਹਿ ਰਹੀ ਕਿ ਅਸੀਂ ਸੁਰੱਖਿਆ ਜਿਹੜੀ ਹੈ ਉਸ ਦੇ ਵਿੱਚ ਕੋਈ ਇਸ ਤਰੀਕੇ ਦਾ ਕੰਮ ਨਹੀਂ ਕਰਾਂਗੇ ਜਿਸ ਦੇ ਨਾਲ ਨੁਕਸਾਨ ਹੋਵੇ? ਦੇਖੋ, ਵਪਾਰ ਤੇ ਦੁਨੀਆਂ 'ਚ ਇੱਕ ਸਹੀ ਚੀਜ਼ ਦਾ ਹੋਣਾ ਹੈ, ਤੇ ਜੇ ਗਲਤ ਚੀਜ਼ ਲਿਆਉਂਦਾ ਉਹ ਤੁਹਾਡਾ ਤੇ ਆਪਣਾ ਫਿਰ ਫੇਲੀਅਰ ਹੈ ਨਾ, ਕਿ ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਉਹ ਟਰੱਕ ਸਕੈਂਡਰ ਨਹੀਂ ਲੱਗਾ, ਇਹ ਤਾਂ ਬੀਜੇਪੀ ਦਾ ਫੇਲੀਅਰ ਹੈ, ਗੌਰਮੈਂਟ ਹੈ 10 ਸਾਲ ਤੋਂ, ਤੁਸੀਂ ਟਰੱਕ ਸਕੈਂਡਰ ਨਹੀਂ ਇੰਸਟਾਲ ਕਰ ਸਕੇ, ਇਹ ਤਾਂ ਤੁਹਾਡਾ ਆਪਣਾ ਫੇਲੀਅਰ ਹੈ, ਲੋਕਾਂ ਨੂੰ ਕਾਹਦੀ ਸਜ਼ਾ? ਹੁਣ ਉਹ ਚੀਜ਼ਾਂ ਜ਼ਿਆਦਾ ਇੱਥੇ ਨਾ ਆਉਣ, ਇੱਥੇ ਤਾਂ ਆ ਹੀ ਰਹੀਆਂ ਨੇ, ਉਹ ਵਾਇਆ ਕਰਾਂਚ ਮਤਲਬ ਦੁਬਈ ਹੋ ਕੇ ਆ ਰਹੀਆਂ ਨੇ, ਮਤਲਬ ਹੋਰ ਪੋਰਟਸ ਤੋਂ ਆ ਰਹੀਆਂ ਨੇ, ਮਹਿੰਗੇ ਭਾਅ ਸਾਨੂੰ ਮਿਲ ਰਹੀਆਂ ਨੇ। ਕਿੰਨੇ MP ਚਾਹੁੰਦੇ ਆ ਕਿ ਵਪਾਰ ਖੁੱਲ੍ਹਣਾ ਚਾਹੀਦਾ, ਔਰ ਇਹ ਤੁਹਾਨੂੰ ਲੱਗਦਾ ਪ੍ਰੈਕਟੀਕਲੀ ਲਾਗੂ ਹੋਏ? ਪਤਾ ਨਹੀਂ, ਪੰਜਾਬ ਵਾਲੇ ਤੇ ਸਾਰੇ ਚਾਹੁੰਦੇ ਹੋਣਗੇ, ਕਿਉਂਕਿ ਜਿਹੜੇ ਬੰਦੇ ਸਾਰੇ ਨੇ ਉਹ ਪੰਜਾਬ ਹਿੱਤ ਦੀ ਗੱਲ ਤੇ ਕਰਦੇ ਹੀ ਨਹੀਂ, ਔਰ ਸਾਡੇ ਹਿੱਤ ਦੀ ਗੱਲ ਹੈ, ਔਰ ਅਸੀਂ ਉਹਦੇ ਵਿੱਚ ਦੇਖੋ ਪਾਕਿਸਤਾਨ ਦਾ ਵੀ ਜਿਹੜੀ ਚੀਜ਼ ਦੀ ਗੱਲ ਹੈ, ਪਾਕਿਸਤਾਨ ਵੀ ਸਾਡੇ ਤੋਂ ਕੋਈ ਚੀਜ਼ਾਂ ਲਵੇ, ਉਹ ਸਾਡੇ ਕੋਈ ਚੀਜ਼ ਲੈਂਦਾ ਨਹੀਂ, ਉਹ ਸਾਨੂੰ ਦਿੰਦਾ ਹੀ ਹੈ ਕਿ ਤੁਸੀਂ, ਅਸੀਂ ਉਧਰੋਂ ਇੰਪੋਰਟ ਹੀ ਕਰਦੇ ਹਾਂ, ਐਕਸਪੋਰਟ ਸਾਡਾ ਘੱਟ, ਇੰਪੋਰਟ ਐਕਸਪੋਰਟ ਦੋਵੇਂ ਹੋਣੇ ਚਾਹੀਦੇ, ਪਰ ਅਸੀਂ ਕਹਿੰਦੇ ਹਾਂ ਉਹ ਤਾਂ ਹੋਣੇ, ਜੇ ਤਾਂ ਬਾਅਦ ਦੀ ਗੱਲ ਹੈ, ਪਰ ਅਸੀਂ ਕਹਿੰਦੇ 200% ਕਸਟਮ ਡਿਊਟੀ ਤਾਂ ਤੁਸੀਂ ਚੁੱਕਦੇ ਹੋ, ਉਹ ਜਿਹੜੀ ਲਾਈ ਹੈ, ਜਾਂ ਤਾਂ ਸਾਰੇ ਬਾਰਡਰਾਂ 'ਤੇ ਹੋਵੇ ਵੀ ਅਸੀਂ ਪਾਕਿਸਤਾਨ ਦਾ ਸਮਾਨ ਲੈਣਾ ਹੀ ਨਹੀਂ। ਦੂਸਰਾ, ਚਿੱਠੀ ਲਿਖੀ ਤੁਸੀਂ ਆਉਂਦੇ ਹੀ ਪਹਿਲੇ ਦਿਨ ਹੀ ਚਿੱਠੀ ਲਿਖਤੀ, ਕਿਹਨੂੰ ਚਿੱਠੀ ਲਿਖੀ, ਕੀ ਕੁਛ ਮੰਗ ਤੁਹਾਡੇ ਵੱਲੋਂ ਕੀਤੀ? ਚਿੱਠੀ ਮੇਰੇ ਐਨਰਜੀ ਮਿਨਿਸਟਰ ਨੇ ਸਾਡੇ, ਉਹਨੂੰ ਜਿਹੜੇ ਯੂਨੀਅਨ ਮਿਨਿਸਟਰ ਨੇ, ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ, ਔਰ ਉਹਦੇ ਬਿਜਲੀ ਦੇ ਮੰਤਰੀ ਨੇ, ਉਹਨਾਂ ਨੂੰ ਲਿਖੀ ਹੈ ਕਿ ਅੱਜ ਸਾਡੇ ਅੰਮ੍ਰਿਤਸਰ ਖਾਸ ਕਰਕੇ, ਜਿੱਥੇ ਮੈਂ, ਕਿਉਂਕਿ ਜਿਸ ਇਲਾਕੇ 'ਚ ਉੱਥੋਂ ਜ਼ਿਆਦਾ ਪਤਾ ਲੱਗਦਾ ਹੈ, ਸਾਡੇ ਬੱਤੀ ਦੇ ਬਹੁਤ ਜ਼ਿਆਦਾ ਕੱਟ ਆ ਰਹੇ ਨੇ, ਔਰ ਇੱਕ ਇੱਕ ਘੰਟਾ ਬੱਤੀ ਆ ਰਹੀ ਹੈ, ਫਿਰ ਉਹਦੇ ਕੱਟ ਆ, ਫਿਰ ਘੰਟਾ ਬੱਤੀ, ਉਹ ਨਾ ਤਾਂ ਪਾਣੀ ਪੂਰਾ ਪਹੁੰਚਦਾ ਫਸਲ ਨੂੰ, ਝੋਨੇ ਦਾ ਸੀਜ਼ਨ ਹੈ, ਲੋਕ ਪਰੇਸ਼ਾਨ ਨੇ, ਔਰ ਲੋਕ ਇੰਨੇ ਕੁ ਪਰੇਸ਼ਾਨ ਨੇ ਕਿ ਜਿਹੜਾ ਡੰਗਰਾਂ ਨੂੰ ਪਾਉਣ ਵਾਲਾ ਚਾਰਾ ਵੀ ਆ, ਜਿਹੜਾ ਪਾਲਤੂ ਪਸ਼ੂਆਂ ਨੂੰ ਅਸੀਂ ਪਾਉਂਦੇ ਹਾਂ, ਉਹ ਵੀ ਚਾਰਾ ਨਹੀਂ ਮਤਲਬ ਭਰ ਪਾ ਰਿਹਾ। ਤੁਸੀਂ ਕੇਂਦਰੀ ਬਿਜਲੀ ਮੰਤਰੀ, ਪੰਜਾਬ CM ਤੇ ਪੰਜਾਬ ਦੇ ਬਿਜਲੀ ਮੰਤਰੀ, ਤਿੰਨਾਂ ਨੂੰ ਲਿਖੀ ਹੈ ਵੀ ਸਾਡਾ ਹਾਲਾਤ ਤੇ ਵੇਖੋ ਕੀ ਬਣਦਾ ਆ, ਫਸਲ ਕਿਵੇਂ ਹੋਊਗੀ। ਫਿਰ ਬਾਰਡਰ ਏਰੀਆ ਤੇ ਲਾਈਟ ਜਿਹੜੀ ਹੈ ਤਕਰੀਬਨ ਦੇਣੇ ਹੁੰਦੀ ਹੈ 9 ਤੋਂ 5, ਉੱਥੇ ਹੁਣ ਦੇਖੋ ਇਹੋ ਜਿਹੀ ਮੈਨੇਜਮੈਂਟ ਹੈ ਇਹਨਾਂ ਦੀ, ਉਹ ਸਵੇਰੇ 3 ਵਜੇ ਜਾ ਰਹੇ ਲਾਈਟ ਛੱਡ ਰਹੇ ਨੇ, 8-11 ਵਜੇ ਤੱਕ ਕਿਹੜਾ, ਬਿਜਲੀ 8 ਘੰਟੇ ਅਸੀਂ ਦੇ ਰਹੇ ਹਾਂ, ਪਹਿਲੀ ਵਾਰ ਹੈ ਕਿ ਪੰਜਾਬ 'ਚ ਦਿਨੇ 8 ਘੰਟੇ ਬਿਜਲੀ ਕਿਸਾਨਾਂ ਨੂੰ ਮਿਲ ਰਹੀ ਹੈ ਔਰ ਕੰਟੀਨਿਊਸਲੀ ਮਿਲ ਰਹੀ ਹੈ, ਇਹ ਦਾਅਵਾ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ। ਜਿੱਦਾਂ ਦੀ ਇਹਨਾਂ ਬਿਜਲੀ ਦਿੱਤੀ ਉਦਾਂ ਦੀਆਂ ਲੋਕਾਂ ਸੀਟਾਂ ਦਿੱਤੀਆਂ ਇਹਨਾਂ ਨੂੰ, ਮਤਲਬ ਝੂਠ ਹੀ ਹੈ ਨਾ ਸਾਰਾ, ਅਤੇ ਝੂਠ ਦੇ ਲੋਕ ਜਾਣਦੇ, ਜਿਹਦੇ ਘਰ ਬੱਤੀ ਨਹੀਂ ਆ ਰਹੀ, ਇਹਨਾਂ ਦੇ TV ਦੇ ਬੋਲਿਆਂ ਬੱਤੀ ਹੁਣੇ ਚਲੇ ਜਾਣੀ ਹੈ। ਸੋ ਇਹ ਇੱਕ ਜਿਸ ਤਰੀਕੇ ਦੀ ਰਾਜਨੀਤੀ ਕਰ ਰਹੇ ਨੇ ਕਿ ਆਪਣੇ ਮੂੰਹੋਂ ਜੋ ਕਹਿ ਰਹੇ ਉਹੀ ਸਾਰਾ ਕੁਛ ਹੈਗਾ, ਧਰਾਤਲ ਸਥਿਤੀ ਦਾ ਬਹੁਤ ਫਰਕ ਹੈ ਇਸ ਵੇਲੇ। ਮੈਂ ਸੱਚਾਈ ਕਹਿ ਰਿਹਾ, ਤੁਸੀਂ ਅੰਮ੍ਰਿਤਸਰ ਕਿਸੇ ਨੂੰ ਵੀ ਪਤਾ ਕਰ ਲਓ, ਜਿਹੜੇ ਇਸ ਵੇਲੇ ਕਿਸਾਨਾਂ ਦਾ ਬਹੁਤ ਬੁਰਾ ਹਾਲ ਹੈ। ਕੀ ਮੰਗ ਕੀਤੀ ਚਿੱਠੀ 'ਚ? ਮੇਰੀ ਮੰਗ ਹੈ ਕਿ 8 ਘੰਟੇ ਜਿਹੜੀ ਤੁਸੀਂ ਬੱਤੀ ਕਹਿ ਰਹੇ ਹੋ, ਦੱਸ ਦਿਓ ਕਦੋਂ ਦੇਣੀ ਹੈ।
ਉਹਦੇ 8 ਦੀ 1-1 ਘੰਟਾ ਕਰਕੇ ਸਾਰਾ ਦਿਨ 1-1 ਘੰਟਾ ਨਾ ਉਹ ਬੰਦਾ ਭੱਜਾ ਫਿਰਦਾ ਰਹਿੰਦਾ। ਕਿਸਾਨਾਂ ਲਈ ਹੈ ਜਾਂ ਫਿਰ ਆਮ ਘਰਾਂ ਲਈ ਵੀ ਤੁਸੀਂ ਕਹਿ ਰਹੇ ਹੋ? ਕਿਸਾਨਾਂ ਲਈ ਵੀ ਹੈ ਔਰ ਆਮ ਘਰਾਂ ਦੇ ਕੱਟ ਲੱਗ ਰਹੇ ਨੇ। ਦੂਜਾ, ਤੁਸੀਂ ਗੁਰੂ ਨਗਰੀ ਤੋਂ ਆਉਂਦੇ ਹੋ, ਅੰਮ੍ਰਿਤਸਰ ਤੋਂ ਆਉਂਦੇ ਹੋ, ਪੰਥਕ ਪਾਰਟੀ ਅਕਾਲੀ ਦਲ ਇਸ ਵੇਲੇ ਦੋ ਹਿੱਸਿਆਂ 'ਚ ਵੰਡੀ ਨਜ਼ਰ ਆ ਰਹੀ। ਕਹਿ ਰਹੇ ਸੁਖਬੀਰ ਬਾਦਲ ਅਸਤੀਫਾ ਦੇਣ, ਦੂਜੇ ਪਾਸੇ ਕਹਿ ਰਹੇ ਕਿ ਸੁਖਬੀਰ ਬਾਦਲ ਦੇ ਨਾਲ ਪਾਰਟੀ ਖੜੀ ਹੈ। ਕਿਵੇਂ ਦੇਖਦੇ ਹੋ ਤੁਸੀਂ ਜਦੋਂ ਇਸ ਤਰੀਕੇ ਦੀ ਪਿਕਚਰ ਜਿਹੜੀ ਹੈ ਪੰਥਕ ਪਾਰਟੀ 'ਚ ਨਜ਼ਰ ਆਉਂਦੀ ਹੈ? ਦੇਖੋ, ਮਾਨਸਿਕ ਤੌਰ 'ਤੇ ਬੇਸਿਕਲੀ ਇਹਨਾਂ ਨੇ ਜੋ ਮੇਰਾ ਜੋ ਮੰਨਣਾ ਹੈ ਕਿ ਜਿੱਦਾਂ ਬੇਅਦਬੀਆਂ ਦਾ ਹੋਇਆ ਨਾ, ਉਹ 'ਚੋਂ ਇਹ ਨਿਕਲ ਹੀ ਨਹੀਂ ਪਾ ਰਹੇ, ਕਿਉਂਕਿ ਮਾਨਸਿਕ ਤੌਰ 'ਤੇ ਪਰੇਸ਼ਾਨ ਨੇ ਸਾਰੇ ਪਾਰਟੀ ਲੀਡਰ ਔਰ ਉਹਨਾਂ ਨੂੰ ਰਾਹ ਕੋਈ ਨਹੀਂ ਲੱਭ ਰਿਹਾ। ਔਰ ਇਸ ਵੇਲੇ ਜੋ ਇਹਨਾਂ ਨੇ ਬੀਜਿਆ ਪਿਛਲੇ ਸਮਿਆਂ ਦੇ ਵਿੱਚ, ਮੈਂ ਸਮਝਦਾ ਕਿ ਉਹਦਾ ਹੀ ਇਹਨਾਂ ਨੂੰ ਭੁਗਤਾਨ ਕਰਨਾ ਪੈ ਰਿਹਾ। ਕੁਛ ਲੀਡਰ ਉਹਦੇ ਇੰਗੇਜ਼ ਨੇ, ਉਹ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਜਿਹੜੀ ਜਦੋਂ ਤੁਸੀਂ ਗੁਰੂ ਘਰ ਨੇ ਮੱਥੇ ਲਾ ਲਏ ਨੇ, ਗੁਰੂਆਂ ਨੇ ਮੱਥੇ ਲਾ ਲਏ, ਉਹਦਾ ਹੁਣ ਕੋਈ ਕੀ ਕਰ ਸਕਦਾ? ਸੋ ਉਹਦਾ ਜਿਹੜਾ ਭੁਗਤਾਨ ਹੈ, ਮੇਰਾ ਜੋ ਮੰਨਣਾ ਹੈ ਕਿ ਉਹ ਇਹਨਾਂ ਨੂੰ ਕਰਨਾ ਪੈ ਰਿਹਾ। ਜੋ ਇਹਨਾਂ ਪੰਜਾਬ ਦੇ ਹਾਲਾਤ ਕੀਤੇ ਸੀ, ਅੱਜ ਇਹ ਮੁੜ ਆਪਣੇ ਪੈਰਾਂ 'ਤੇ ਨਹੀਂ ਖੜੇ ਹੋ ਪਾ ਰਹੇ, 73 ਦੀ ਸਥਿਤੀ ਇਹਨਾਂ ਨੂੰ ਖਿਸਕ ਚੁੱਕੀ ਹੈ। ਤੁਹਾਡਾ ਤਜ਼ਰਬਾ ਆਪਣਾ, ਪ੍ਰਧਾਨਗੀ ਦੇ ਅਸਤੀਫੇ ਤੋਂ ਬਾਅਦ ਸੁਖਬੀਰ ਬਾਦਲ ਅਗਰ ਅਸਤੀਫਾ ਦਿੰਦੇ, ਅਕਾਲੀ ਦਲ ਦੀ ਪੋਜੀਸ਼ਨ ਠੀਕ ਹੋ ਸਕਦੀ ਹੈ? ਦੇਖੋ, ਹੋ ਸਕਦੀ ਹੈ, ਕਿਉਂਕਿ ਸਾਰੇ ਲੀਡਰ ਜਿਹੜੇ ਨੇ ਉਹਨਾਂ ਦੇ ਕਾਫੀ ਜਿਹੜੇ ਮਜ਼ਬੂਤ ਲੀਡਰ ਨੇ ਉਹ ਸਾਰੇ ਇਹਨਾਂ ਦੇ ਆਪੋਜਿਟ ਖੜ ਗਏ ਨੇ ਆ ਕੇ। ਔਰ ਇਹਨਾਂ ਨੂੰ ਮੰਨ ਲੈਣਾ ਚਾਹੀਦਾ, ਇਹ ਕੋਈ ਮਤਲਬ ਇੱਕ ਹੀ ਮੁਸ਼ਕਲ ਹੈ ਕਿ ਜਿਵੇਂ ਤੁਸੀਂ ਆਪਣਾ ਡਿਕਟੇਟਰਸ਼ਿਪ ਕਰਦੇ ਜੇ, ਉਹ ਪਾਰਟੀ 'ਚ ਨਹੀਂ ਹੋਣੀ ਚਾਹੀਦੀ। ਤੁਸੀਂ ਇਲੈਕਸ਼ਨ ਕਰਾ ਲਓ, ਇਲੈਕਸ਼ਨ ਦੇ ਨਾਲ ਪ੍ਰਧਾਨ ਬਣਾ ਲਓ, ਜੇ ਕੋਈ ਤੁਹਾਨੂੰ ਮੁਸ਼ਕਲ ਹੈ। ਬਾਕੀ ਉਹਨਾਂ ਦਾ ਅੰਦਰੂਨ ਮਾਮਲਾ, ਮੈਂ ਬਹੁਤ ਸਲਾਹ ਨਹੀਂ ਦੇ ਸਕਦਾ। ਇਹ ਵੀ ਕਹਿ ਰਹੇ ਕਿ ਜਿਹੜਾ ਇਹ ਗਰੁੱਪ ਮੰਗ ਕਰ ਰਿਹਾ ਸੁਖਬੀਰ ਬਾਦਲ ਅਸਤੀਫਾ ਦੇਵੇ, ਉਹ ਬੀਜੇਪੀ ਦੀ ਬੀ ਟੀਮ ਦੇ ਤੌਰ ਤੇ ਕੰਮ ਕਰ ਰਿਹਾ, ਬੀਜੇਪੀ ਉਹਨਾਂ ਤੋਂ ਕਰਵਾ ਰਹੀ ਹੈ, ਔਰ ਪੰਜਾਬ 'ਚ ਅਕਾਲੀ ਦਲ ਦੇ ਖਿਲਾਫ ਆਪਰੇਸ਼ਨ ਲੋਟਸ ਜਿਹੜਾ ਉਹ ਪੰਜਾਬ 'ਚ ਚੱਲ ਰਿਹਾ। ਮਤਲਬ 40-40, 50-50 ਸਾਲ ਮੇਰਾ ਖਿਆਲ ਦੋ ਦੋ ਪੀੜ੍ਹੀਆਂ ਉਹਨਾਂ ਦੀਆਂ ਹੋ ਗਈਆਂ ਅਕਾਲੀ ਦਲ ਦੇ ਜੁੜਿਆਂ ਨੂੰ, ਇਹਦਾ ਮਤਲਬ ਇਹ ਬੀਜੇਪੀ ਦੀ ਟੀਮ ਹੀ ਚੱਕੀ ਫਿਰਦੇ ਰਹੇ ਉਹਨਾਂ 'ਚ। ਮਤਲਬ ਇਹ ਐਵੇਂ ਬਲੇਮ ਗੇਮ ਹੁੰਦੀ ਆ, ਸੱਚਾਈ ਨੂੰ ਵਾਕਿਆ ਹੀ ਇਹ ਸੱਚਾਈ ਹੈ ਕਿ ਬਹੁਤ ਵੱਡਾ ਇੱਕ ਉਹਨਾਂ ਦੇ ਵਿੱਚ ਜਿਹੜਾ ਇੱਕ ਧੜਾ ਆ ਉਹ ਨਿਰਾਸ਼ ਹੈ, ਔਰ ਵਰਕਰ ਵੀ, ਕਿਉਂਕਿ ਡੇ ਬਾਈ ਡੇ ਉਹ ਘੱਟਦਾ ਜਾ ਰਿਹਾ। ਹਰ ਕੋਈ ਬੰਦਾ ਚਿੰਤਾ ਕਰਦਾ, ਜੇ ਇਹ ਸਮਝਦੇ ਕਿ ਅਸੀਂ ਪਾਰਟੀ ਲਈ ਕੰਮ ਕੀਤਾ ਤੇ ਮੇਰਾ ਖਿਆਲ ਉਹਨਾਂ ਵੀ ਬਹੁਤ ਲੰਬਾ ਸਮਾਂ ਪਾਰਟੀ ਵਾਸਤੇ ਲਾਇਆ ਹੋਊਗਾ। ਜਲੰਧਰ 'ਚ ਹੁਣ ਆਪਣੇ ਉਮੀਦਵਾਰ ਹੀ ਸਮਰਥਨ ਵਾਪਸ ਲੈ ਲਿਆ, ਜਿਹੜੇ ਉਹ ਕਹਿ ਰਹੇ ਅਸੀਂ BSP ਨੂੰ ਹੁਣ ਸਮਰਥਨ ਦੇਵਾਂਗੇ। ਦੂਜਾ ਧੜਾ ਕਹਿ ਰਿਹਾ ਕਿ ਕੈਂਡੀਡੇਟ ਤਾਂ ਉਹੀ ਹੋਣਗੇ ਜਿਹੜੇ ਅਕਾਲੀ ਦਲ ਦੇ ਸੀਗੇ। ਹੁਣ ਜਲੰਧਰ ਬਾਈ ਇਲੈਕਸ਼ਨ ਨੂੰ ਲੈ ਕੇ ਵੀ ਰੌਲਾ ਪੈ ਗਿਆ। ਦੇਖੋ, ਉਹ ਤੇ ਹੋਣਾ ਹੀ ਆ, ਉਹ ਤੇ ਕੁਦਰਤੀ ਗੱਲ ਹੈ, ਕਿਉਂਕਿ ਜਦੋਂ ਧੜਿਆਂ 'ਚ ਚੀਜ਼ ਵੰਡੀ ਜਾਂਦੀ ਹੈ। ਔਰ ਇਹ ਮੈਂ ਸਮਝਦਾ ਕਿ ਬਹੁਤ ਹੋਰ ਅਜੇ ਹੇਠਲੇ ਪੱਧਰ 'ਤੇ ਅਕਾਲੀ ਦਲ ਜਾਏਗਾ, ਅਤੇ ਇੰਝ ਲੱਗਦਾ ਕਿ ਜਿਵੇਂ ਇਹਨਾਂ ਦਾ ਮੁੜ ਵਾਪਸ ਪੰਜਾਬ ਦੀ ਸੱਤਾ 'ਚ ਆਉਣਾ ਮੁਮਕਿਨ ਨਹੀਂ ਹੈਗਾ। ਹੁਣ ਇਸ ਵੇਲੇ ਜੋ ਹਾਲਾਤ ਇਹਨਾਂ ਪੰਜਾਬ 'ਚ ਕੀਤੇ, ਉਹੀ ਹਾਲਾਤ ਆ ਜਿਹਨਾਂ ਨੂੰ ਭੁਗਤਣੇ ਪੈ ਰਹੇ ਆ। ਕਾਂਗਰਸ ਨੇ ਵੀ ਕਈ ਸਟੇਟਾਂ 'ਚ ਆਪਰੇਸ਼ਨ ਲੋਟਸ ਦੇਖਿਆ, ਸਰਕਾਰਾਂ ਡਿੱਗੀਆਂ ਨੇ। ਅਸੀਂ ਮਹਾਰਾਸ਼ਟਰ 'ਚ ਦੇਖਿਆ ਸ਼ਿਵ ਸੈਨਾ ਤੋਂ ਸ਼ਿੰਦੇ ਗਰੁੱਪ ਹੋ ਗਿਆ, ਅਸੀਂ ਹਰਿਆਣੇ ਦੇ ਵਿੱਚ ਦੇਖਿਆ ਇਨੈਲੋ JJP ਹੋ ਗਿਆ। ਤੁਹਾਨੂੰ ਲੱਗਦਾ ਹੈ ਕਿ ਪੰਜਾਬ 'ਚ ਵੀ ਇਹ ਤਸਵੀਰ ਹੋ ਸਕਦੀ ਹੈ ਕਿ ਦੋ ਪਾਰਟੀਆਂ ਸਿੰਬਲ ਦੀ ਲੜਾਈ, ਦਫ਼ਤਰ ਦੀ ਲੜਾਈ, ਸ਼ਿੰਦੇ ਗਰੁੱਪ ਇੱਕ ਬਣ ਜੇ, ਦੂਸਰਾ ਬਣ ਜੇ, ਜਾਂ ਚੌਟਾਲਾ ਗਰੁੱਪ ਦੋ ਹੋ ਜਾਣ, ਉਸ ਤਰੀਕੇ ਦੀ ਤਸਵੀਰ ਅਕਾਲੀ ਦਲ 'ਚ? ਦੇਖੋ, ਅਕਾਲੀ ਦਲ 'ਚ ਤਾਂ ਇਹੋ ਜਿਹੀ ਗੱਲ ਹੈ ਨਹੀਂ, ਨਾ ਇਹਦੇ ਨਾਲ ਪਾਵਰ ਹੈ ਇਹਨਾਂ ਕੋਲ ਅਤੇ ਨਾ ਇਹ ਪਾਵਰ 'ਚ ਉੱਥੇ ਉਹਨਾਂ ਨੂੰ ਲਾਭ ਹੈ ਇਸ ਚੀਜ਼ ਦਾ। ਇਸ ਵੇਲੇ ਦੇਖੋ, ਸਿਧਾਂਤਕ ਲੜਾਈ ਉਹ ਲੜ ਰਹੇ, ਜੋ ਮੇਰਾ ਜਿੰਨਾ ਕੁ ਅਸੀਂ ਦੇਖ ਰਹੇ ਉਹਨਾਂ ਨੂੰ ਆਪਸ ਦੇ ਵਿੱਚ, ਜਾਂ ਜਿੰਨਾ ਕੁ ਸਾਡਾ ਤਜ਼ਰਬਾ ਹੈ ਪਿਛਲੇ ਸਮੇਂ ਤੋਂ, ਉਹ ਜਿੱਦਾਂ ਵਿਚ ਰਹੇ ਨੇ, ਜਿਹੜਾ ਤੁਹਾਡਾ ਇਸ ਵੇਲੇ ਜਿਹਨੂੰ ਬਾਗੀ ਕਹਿ ਰਹੇ ਨੇ, ਬਟ ਉਹਨਾਂ ਦਾ ਜਿਹੜਾ ਪ੍ਰਾਪਤਨ ਹੈ ਅਕਾਲੀ ਦਲ ਦੇ ਵਿੱਚ, ਕਿਉਂਕਿ ਅਸੀਂ ਚਲੋ ਹੁਣ ਕਾਂਗਰਸ ਪਾਰਟੀ ਦੇ, ਸਾਡਾ ਉਹਨਾਂ ਦੇ ਕਮੈਂਟ ਕਰਨਾ ਤਾਂ ਨਹੀਂ ਬਣਦਾ, ਪਰ ਉਹਨਾਂ ਦਾ ਬੜਾ ਲੰਬਾ ਸਮਾਂ ਰਿਹਾ ਵਾ ਅਕਾਲੀ ਦਲ ਦੇ ਵਿੱਚ। ਔਰ ਤੁਸੀਂ ਅੱਜ ਉੱਠ ਕੇ ਜੇ ਉਹਨਾਂ ਬਿਆਨ ਦਿੱਤਾ ਹੀ ਹੈ, ਕੋਈ ਗੱਲ ਕੀਤੀ ਹੈ, ਆਪਣੀ ਪਲੇਟਫਾਰਮ 'ਤੇ ਗੱਲ ਕਰ ਲੈਣੀ ਚਾਹੀਦੀ ਹੈ। ਦੂਸਰੇ ਵੀ ਕਿ ਅਰਵਿੰਦ ਕੇਜਰੀਵਾਲ ਦੀ CBI ਨੇ ਗ੍ਰਿਫਤਾਰੀ ਕਰ ਲਈ,
ਮੁੱਖ ਮੰਤਰੀ ਦੇ ਵੱਲੋਂ ਵੀ ਇਸ ਤੇ ਨਿੰਦਾ ਕੀਤੀ ਜਾ ਰਹੀ ਹੈ, ਸਵਾਲ ਚੁੱਕੇ ਜਾ ਰਹੇ ਨੇ, ਔਰ ਦੂਜੇ ਪਾਸੇ ਇਸ ਪੂਰੇ ਮਸਲੇ ਨੂੰ ਇਸ ਆਮ ਆਦਮੀ ਪਾਰਟੀ ਦੇਖ ਰਹੀ ਕਿ ਦਿੱਲੀ ਚ ਹੁਣ ਵਿਧਾਨ ਸਭਾ ਦੇ ਇਲੈਕਸ਼ਨ ਹੈ ਤਾਂ ਕਰਕੇ ਕੇਜਰੀਵਾਲ ਨੂੰ ਇਸ ਤਰੀਕੇ ਦੀ ਪਿਕਚਰ ਕ੍ਰੀਏਟ ਕੀਤੀ ਜਾ ਰਹੀ ਹੈ। ਦੇਖੋ, ਇਹ ਮੇਰਾ ਖਿਆਲ ਹੁਣ ਕਾਨੂੰਨੀ ਪ੍ਰਕਿਰਿਆ ਹੈ, ਕਾਨੂੰਨ ਤੇ ਜਾਨ ਦੇਣੀ ਚਾਹੀਦੀ ਹੈ, ਹਾਈ ਕੋਰਟ ਹੈ, ਸੁਪਰੀਮ ਕੋਰਟ ਹੈ, ਤੇ ਜੇ ਉਹ ਵਾਕਈ ਨਹੀਂ ਉਹਨਾਂ ਦੀ ਕੋਈ ਗੱਲ ਹੈਗੀ, ਮੇਰਾ ਖਿਆਲ ਕਾਨੂੰਨ ਦੀ ਹੁਣ ਵੇਟ ਕਰਨੀ ਚਾਹੀਦੀ ਹੈ ਫੈਸਲੇ ਦੀ।